ਲੈ ਵੀ ਆ ਜਾਓ ਹੁਣ ਤੁਹਾਨੂੰ ਬਾਈ ਦੇ ਕਬੂਤਰ ਦਿਖਾਉਣਾ ਕਿਵੇਂ ਰੱਖੇ ਹੋਏ ਆ ਤੇ ਕਿਹੜੀਆਂ ਕਿਹੜੀਆਂ ਨਸਲਾਂ ਦੇ ਕਬੂਤਰ ਨੇ ਕਿੱਥੇ ਕਿੱਥੇ ਬਾਈ ਨੂੰ ਬਾਈ ਕਬੂਤਰਾਂ ਨੇ ਮਤਲਬ ਜਿਹੜਾ ਜਿੱਤ ਕੇ ਦਿੱਤਾ ਉਹ ਵੀ ਬਾਈ ਤੋਂ ਪੁੱਛਾਂਗੇ ਸਾਰੀ ਜਾਣਕਾਰੀ ਲੈਂਦੇ ਇੱਕ ਵਾਰ ਜੱਸੀ ਸਾਰੇ ਕਬੂਤਰਾਂ ਨੂੰ ਦਿਖਾ ਦੇ ਫਿਰ ਭਰਾ ਤੋਂ ਪੁੱਛਦੇ ਹਾਂ ਜਾਣੀ ਕਿ ਕਬੂਤਰਾਂ ਬਾਰੇ ਵੀ ਕਿਹੜੇ ਕਿਹੜੇ ਕਬੂਤਰ ਨੇ ਕਿੱਥੇ ਕਿੱਥੇ ਵੀਰ ਨੂੰ ਜਿੱਤ ਪ੍ਰਾਪਤ ਕਰਕੇ ਦਿੱਤੀ ਆ ਤੇ ਕਿਹੜੀਆਂ ਕਿਹੜੀਆਂ ਕਹਿ ਸਕਦੇ ਹਾਂ ਵੀ ਨਸਲਾਂ ਦੇ ਮਤਲਬ ਜਿਹੜਾ ਕਬੂਤਰ ਆ ਬੈਠੇ ਆ ਇਸ ਟਾਈਮ ਦਾ ਭਰਾਵੋ ਤੁਸੀਂ ਨੋਟ ਕਰ ਲੋ ਦੇਖ ਲੋ ਬਾਈ ਦੇ ਖੱਟੀਆਂ ਦੇ ਰਾਜਨ ਵਾਲੇ ਪਿਓਰ ਰਾਜਨ ਵਾਲੇ ਕਬੂਤਰ ਜਿਹੜੇ ਕਹਿ ਸਕਦੇ ਆ ਦੇਖ ਲੋ ਤੁਸੀਂ ਪੈਰ ਪੂਰ ਵੀਰ ਦੇ ਐਨ ਤਸੱਲੀ ਹੋ ਜੂਗੀ ਮੈਂ ਕਹਿਣਾ ਵੀ ਕਬੂਤਰ ਤੁਸੀਂ ਦੇਖ ਕੇ ਰੂਹ ਖੁਸ਼ ਹੁੰਦੀ ਆ ਤੇ ਆਹ ਜਿਹੜੇ ਆਹ ਵਾਲੇ ਬੈਠੇ ਬਈ ਚਿੱਟੀਆਂ ਇਹ ਚਿੱਟੀਆਂ ਦੇ ਰਾਜ ਨਾਲ ਇਹ ਕਿਹੜੀ ਮਤਲਬ ਬਈ ਫਿਰ ਲੈਣ ਦੇ ਕਹਿ ਸਕਦੇ ਆ ਜਿਹੜੀ ਨਸਲ ਇਹਦੀ ਰਾਜ ਨਾਲ ਹੀ ਆ ਚਿੱਟੀਆਂ ਦੇ ਵੀਰੇ ਠੀਕ ਹੈ ਚਿੱਟੀਆਂ ਦੇ ਆ ਠੀਕ ਹੈ ਚਿੱਟੀਆਂ ਦੇ ਦਰਸ਼ਕ ਕਿਤੇ ਕਹਿ ਦੇਣ ਵੀ ਐਵੇਂ ਕਹੀ ਜਾਂਦਾ ਬਾਕੀ ਸਹੀ ਗੱਲ ਆ ਤੁਸੀਂ ਦੇਖ ਲੋ ਭਰਾਵੋ ਕਾਲੀਆਂ ਦੇ ਆ ਦੇਖ ਲੋ ਭਰਾਵੋ ਵੀਰ ਦੇ ਕਬੂਤਰ ਕਾਲੀਆਂ ਦੇ ਕਿਹੜੇ ਬਿੱਟੂ ਬਾਬੇ ਬਿੱਟੂ ਬਾਬੇ ਵਾਲੇ ਕਬੂਤਰ ਤੁਸੀਂ ਦੇਖ ਲਓ ਆ ਸਾਰੀ ਜਿੰਨੇ ਬੈਠੇ ਆ ਤੇ ਜੇ ਮੈਂ ਗੱਲ ਕਰਾਂ ਵੀਰ ਵੀ ਆ ਹੋ ਗਏ ਰਾਜਨ ਵਾਲੇ ਤੇ ਆ ਬਿੱਟੂ ਬਾਬੇ ਵਾਲੇ ਤੇ ਹੁਣ ਤੱਕ ਵੀ ਜੇ ਰਿਜ਼ਲਟ ਤੁਹਾਨੂੰ ਤਾਂ ਬਹੁਤ ਟਾਈਮ ਹੋ ਗਿਆ ਇਸ ਚੀਜ਼ ਦੇ ਵਿੱਚ ਪਿਆ ਨੂੰ ਤਾਂ ਰਿਜ਼ਲਟ ਕਿਹੜਿਆਂ ਦਾ ਤੁਹਾਨੂੰ ਵਧੀਆ ਲੱਗਿਆਗਾ ਮਤਲਬ ਦੋਨਾਂ ਦੀ ਤਾਂ ਪੈਂਦਾ ਕਬੂਤਰਾਂ ਦਾ ਠੀਕ ਹੈ ਬਿੱਟੂ ਬਿੱਟੂ ਫੌਜੀ ਮੂਟ ਵਾਲੇ ਜਿਵੇਂ ਬਿੱਟੂ ਬਾਬੇ ਵਾਲੇ ਰਾਜਨ ਵਾਲੇ ਇਹਨਾਂ ਦਾ ਪੈਂਦਾ ਆਪਸ ਇਹੀ ਹੋਦੇ ਹਾਂ ਆਪਣੇ ਇਹੀ ਮਤਲਬ ਛੱਡਦੇ ਇਹੀ ਹੋਦੇ ਹਾਂ ਇਹਨਾਂ ਚੋਂ ਬਈ ਕਿਹੜਾ ਕਬੂਤਰ ਜੇ ਮੈਂ ਕਹਾਂ ਵੀ ਹੁਣ ਤਾਂ ਫਿਰ ਬਹੁਤ ਫੁਲਵਾੜੀ ਹੋ ਗਈ ਪਰਮਾਤਮਾ ਦੀ ਕਿਰਪਾ ਨਾਲ ਵੀ ਇਹਨਾਂ ਚੋਂ ਕਿਹੜਾ ਜੋੜਾ ਜਾਂ ਫਿਰ ਕਿਹੜਾ ਕਬੂਤਰ ਜਿਹੜਾ ਆਇਆ ਵੀ ਜਾਂ ਆਪਦੇ ਦਿਲ ਨੂੰ ਹੀ ਪਿਆਰਾ ਸ਼ੁਰੂ ਤੋਂ ਹੀ ਉਹ ਮਨ ਨੂੰ ਹੀ ਲੱਗਿਆ ਹੋਇਆ ਜ਼ਿਆਦਾ ਕਬੂਤਰ ਆ ਕਿਹੜਾ ਕਬੂਤਰ ਆਪਣਾ ਕਬੂਤਰ ਇੱਕ ਹੁੰਦਾ ਸੀਗਾ ਯਾਰ ਅੱਛਾ ਜੀ ਪੱਟੀਆਂ ਠੀਕ ਹੈ ਬਾਲਾ ਉੱਡਿਆ ਸੀ ਆਪਣਾ ਕਬੂਤਰ ਇਹ ਇਕੱਲੇ ਹੀ ਰਹਿ ਗਿਆ ਜੀ ਵੀਰੋ ਇਕੱਲੇ ਹੀ ਰਹਿ ਗਿਆ ਸੀ ਉੱਡਿਆ ਬਾਲਾ ਸੀ ਬਾਜੀ ਹੋ ਗਈ ਸੀ ਪੰਜਾਂ 'ਚ ਠੀਕ ਹੈ ਹਾਂ ਮੈਂ ਆਪਾਂ ਬਾਜੀ ਦਾ ਕਰਦੇ ਜਦ ਬੰਦੇ ਵਿੱਚ ਉਹ ਜੇ ਦੇਖ ਲੋ ਭਰਾਵੋ ਜਿਹੜੇ ਕਬੂਤਰ ਨੂੰ ਵੀਰ ਨੇ ਮਤਲਬ ਟਰੈਕਟਰ ਜਿੱਤ ਕੇ ਦਿੱਤਾ ਸੀਗਾ ਬਾਜੀ ਦੇ ਉੱਪਰ ਉਹ ਤੁਹਾਨੂੰ ਮੈਂ ਦਰਸ਼ਨ ਕਰਵਾ ਦਾ ਕਬੂਤਰ ਦੇ ਕਿਹੜੇ ਪਿੰਡ ਬਾਈ ਬਾਜੀ ਹੋਈ ਤੇ ਉਹ ਹੋਈ ਸੀ ਆਪਣੇ ਹਾਂ ਹਠੌਲੀ ਹੋਈ ਸੀ ਹਠੌਲੀ ਹਾਂ ਵੀ ਠੀਕ ਹੈ ਉਹਦਾ ਪਿਓ ਆ ਅੱਛਾ ਉਹ ਕਬੂਤਰ ਦਾ ਪਿਓ ਆ ਫਿਰ ਉਹ ਵਾਲਾ ਕਬੂਤਰ ਉਹ ਕਬੂਤਰ ਸਾਡਾ ਗੁੰਮ ਗਿਆ ਯਾਰ ਜੀ ਅੱਛਾ ਬਾਜੀ ਦੇ ਚਲਿਆ ਗਿਆ ਉਸੇ ਬਾਜੀ ਦੇ ਉੱਤੇ ਨਹੀਂ ਨਹੀਂ ਇਹ ਵਾਲੀ ਪਿੰਡ ਤੋਂ ਚਲਿਆ ਗਿਆ ਦੂਜੀ ਬਾਜੀ ਸੱਤੇ ਠੀਕ ਹੈ ਉਦੋਂ ਚਲਿਆ ਗਿਆ ਭੱਜ ਗਿਆ ਭੱਜ ਗਿਆ ਠੀਕ ਹੈ ਤੇ ਉਹ ਉਸ ਟਾਈਮ ਤਾਂ ਬਈ ਫਿਰ ਬੜਾ ਕੰਮ ਦੁੱਖ ਹੋ ਗਿਆ ਹੋਣਾ ਯਾਰ ਕਬੂਤਰ ਉਹਨਾਂ ਤੋਂ ਬਿਨਾਂ ਬਈ ਹੋਰ ਕਿਹੜਾ ਮਤਲਬ ਕਹਿ ਸਕਦੇ ਜਿਹਨੇ ਹੋਰ ਨਾਮ ਗੱਡੀ ਗੁੱਡੀ ਜਿੱਤ ਕੇ ਦਿੱਤੀ ਤੁਹਾਨੂੰ ਹੋਰ ਆਪਣੇ ਇੱਥੇ ਮੋਟਰਸਾਈਕਲ ਵੀ ਕਬੂਤਰ ਯਾਰ ਗੱਡੀਆਂ ਦੀ ਆ ਅਮਰੀਕਾ ਹੋ ਗਈ ਸੀਗੀ ਬਹੁਤ ਬਾਕੀ ਕਬੂਤਰ ਯਾਰ ਮੈਂ ਆਪਣੇ ਜਿਹੜੇ ਹੈਗੇ ਆ ਜਿਵੇਂ ਚੇਲਾ ਹੋ ਗਿਆ ਕੋਈ ਆਪਣੇ ਜਾਣ ਪਛਾਣ ਵਾਲੇ ਬੰਦੇ ਉਹ ਲੈ ਗਏ ਯਾਰ ਠੀਕ ਹੈ ਹੋ ਗਈ ਸੀਗੀ ਤਿੰਨ ਵਾਜੀਆਂ ਉੱਡੀ ਆ ਕਬੂਤਰ ਤਿੰਨ ਵਾਜੀਆਂ ਹਾਂ ਵੀਰੇ ਤੇ ਤਿੰਨਾਂ ਵਾਜੀ ਜੇ ਜਿੱਤ ਕੇ ਮਤਲਬ ਕਿੰਨੇ ਵਾਜੀ ਹਾਂ ਤਿੰਨ ਕਿਹੜੀ ਕਿਹੜੀ ਬਈ ਮਤਲਬ ਜਗ੍ਹਾ ਤੇ ਆਪਾਂ ਛੱਡੀ ਸੀਗੀ ਇੱਕ ਬੈਕਾ ਛੱਡੀ ਸੀ ਇੱਕ ਤਾਇਆ ਛੱਡੀ ਸੀ ਇੱਕ ਰਾਮਗੜ੍ਹ ਦੇ ਇੱਕ ਰਾਮਗੜ੍ਹ ਤੇ ਇਹ ਜੇ ਬਈ ਮੈਂ ਇੱਕ ਅੰਦਾਜ਼ਾ ਜਿਹਾ ਤੁਹਾਨੂੰ ਪੁੱਛਾਂ ਵੀ ਹੁਣ ਤੱਕ ਆਪਾਂ ਕਿੰਨੀਆਂ ਕੁ ਵਾਜੀਆਂ ਪਰਮਾਤਮਾ ਦੀ ਕਿਰਪਾ ਨਾਲ ਕਹਿ ਸਕਦੇ ਵੀ ਜਿੱਤ ਚੁੱਕੇ ਹਾਂ ਅਣਗਿਣਤੀ ਹੈ ਯਾਰ ਵੀਰੇ ਇੱਕ ਭਰਾ ਦੋ ਚਾਰ ਜੋੜੇ ਹੋਰ ਦਿਖਾ ਦੇ ਪਰ ਵੀਰਾਂ ਨੂੰ ਕਿਤੇ ਜਿਹੜੇ ਕਹੀ ਜਾਂਦਾ ਵੀ ਯਾਰ ਬਾਈ ਕਹਿੰਦਾ ਹੋਵੇ ਵੀ 100+ ਜਿੱਤ ਗਏ ਤੇ ਕੱਢ ਕੇ ਵੀਰ ਨੇ ਦੋ ਹੀ ਦਿਖਾਏ ਨੇ ਕਬੂਤਰ ਆਪਣੇ ਸਾਹਮਣੇ ਬਾਕੀ ਉੱਧਰ ਕਬੂਤਰ ਆਪਣੇ ਦਿੱਤੇ ਹੋਏ ਆ ਦਿੱਤੇ ਹੋਏ ਆ ਆਜੋ ਭਰਾਵੋ ਤੁਹਾਨੂੰ ਦੂਜੇ ਪਾਸੇ ਵੀ ਮੈਂ ਜਾਣੀ ਕਿ ਵੀਰ ਦੇ ਦਰਸ਼ਨ ਕਰਾ ਦਿੰਦਾ ਕਿਵੇਂ ਬਾਈ ਨੇ ਪੂਰਾ
ਮੈਂ ਕਹਿਣਾ ਗਏ ਘੰਟਾ ਪ੍ਰੋਗਰਾਮ ਕਰ ਗਿਆ ਅੱਡ ਅੱਡ ਬਾਈਏ ਕਬੂਤਰਾਂ ਦੇ ਰਹਿਣ ਵਾਸਤੇ ਪੂਰਾ ਖੁੱਲਾ ਡੁੱਲਾ ਰੱਖ ਰੱਖਿਆ ਸਿਸਟਮ ਜਿਵੇਂ ਮਰਜ਼ੀ ਕਬੂਤਰ ਵਿੱਚ ਖੁੱਲਾ ਫਿਰੇ ਤੁਸੀਂ ਦੇਖ ਸਕਦੇ ਦੂਜੇ ਪਾਸੇ ਵੀ ਪੂਰੇ ਕਮਰੇ ਇਹਨਾਂ ਵਾਸਤੇ ਵੀ ਮੈਂ ਕਹਿੰਦਾ ਛੱਡ ਰੱਖਿਆ ਹਾਰੀ ਵੀਰੇ ਇਹਨਾਂ ਵਾਸਤੇ ਠੀਕ ਹੈ ਆ ਵੀ ਦਿਖਾ ਦੇ ਭਰਾ ਇੱਧਰ ਬੈਠੇ ਆ ਕੁਛ ਕਬੂਤਰ ਇਹ ਕਿਹੜੀਆਂ ਦੇ ਇਹ ਵੀ ਵੀਰੇ ਉਹੀ ਆ ਬੈਠੀ ਆ ਇਸ ਟਾਈਮ ਲੈ ਦਰਸ਼ਨ ਕਰਾ ਦੇ ਧਿਆਨ ਨਾਲ ਐਨ ਪੂਰਾ ਜੱਸੀ ਸਿਆ ਜੋਰ ਬਹੁਤ ਆਉਂਦੇ ਆ ਠੀਕ ਹੈ ਔਰ ਸੋਰ ਹੋ ਜਾਏ ਬਾਜੀ ਤੇ ਮਨ ਲਾ ਇਹ ਨੀ ਹੈਗਾ ਵੀ ਡਰਨੇ ਬਹਿ ਜਾਣਗੇ ਠੀਕ ਹੈ ਕਿ ਪਿੱਛੇ ਜਾ ਵੱਜਦੇ ਆ ਬਾਜੀ ਤੇ ਜਾ ਕੇ ਠੀਕ ਹੈ ਠੀਕ ਹੈ ਤੇ ਇਹਨਾਂ ਦੀ ਗੱਲ ਕਰੀਏ ਆਪਾਂ ਇਹ ਜਾਣੀ ਕਿ ਗਰਮ ਬਹੁਤ ਆ ਇਹ ਗਰਮ ਡਾਵੇ ਬਹੁਤ ਆ ਠੀਕ ਹੈ ਭੈੜੇ ਕਬੂਤਰ ਵੀ ਜਿੱਥੇ ਅੜਦੇ ਆ ਜਿਹੜੇ ਜ਼ਿਆਦਾ ਕਬੂਤਰ ਉਹ ਕਿੰਨਾ ਕਿਹੜੀ ਨਾ ਲੂੰ ਬਈ ਆਪਣਾ ਪੰਜਾਬੀ ਰਾਜੇ ਨਾਲ ਰਾਜੇ ਨਾਲ ਜਿਹੜੇ ਇੱਕ ਪਾਸਾ ਕਰ ਜਾਂਦੇ ਆ ਇੱਕ ਪਾਸਾ ਕਰਦੇ ਆ ਠੀਕ ਹੈ ਆਪਣੇ ਕੋਲ ਕਰਿਆ ਯਾਰ ਹਾਂ 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 ਬਈ ਉਹ ਤਾਂ ਹੈ ਇੱਕ ਭਰਾ ਮੈਂ ਦੇਖਿਆ ਵੀ ਯਾਰ ਮੈਂ ਨੋਟ ਕਰਿਆ ਕਾਫੀ ਟਾਈਮ ਦਾ ਦੇਖ ਰਿਹਾ ਵੀ ਤੁਹਾਨੂੰ ਜਿਹੜੇ ਆਂਡੇ ਰੱਖੇ ਹੋਏ ਆ ਕਬੂਤਰਾਂ ਦੇ ਉਹਨਾਂ ਦੇ ਉੱਤੇ ਨਾਮ ਲਿਖ ਰੱਖਿਆ ਵੀ ਉਹ ਕੀ ਸਿਸਟਮ ਤੁਸੀਂ ਰੱਖਿਆ ਆਂਡੇ ਵੀ ਕਈ ਵਾਰ ਬਦਲੇ ਹੁੰਦੇ ਆ ਕਈ ਆਪਾਂ ਵਾਇਆ ਹੁੰਦਾ ਵੀ ਇੰਨੀ ਤਰੀਕ ਨੂੰ ਆਂਡਾ ਧਰਿਆ ਇੰਨੀ ਤਰੀਕ ਨੂੰ ਬੱਚਾ ਕਰਨਾ ਕਈ ਵਾਰ ਕਬੂਤਰ ਨਹੀਂ ਕੱਢਦਾ ਫਿਰ ਉਹਦੇ ਨਾਲ ਬੱਚਾ ਮਰਦਾ ਨੀ ਆਪ ਹੀ ਕੱਢ ਦੇਈਦਾ ਫਿਰ ਅੱਛਾ ਹਾਂ ਉਹ ਡੇਟ ਲਿਖ ਦੇਈਦੀ ਆ ਜਿੱਦੇ ਧਰਦੇ ਆ ਤੇ ਨਾਂ ਲਿਖ ਦੇਈਦਾ ਵੀ ਆਹ ਜੁੜੇਦਾ ਠੀਕ ਹੈ ਤੇ ਹੁਣ ਤੇ ਮੈਂ ਕਹਿਣਾ ਵੀ ਯਾਰ ਇੰਨਾ ਕੁ ਤਜਰਬਾ ਹੋ ਗਿਆ ਵੀ ਡਾਕਟਰ ਏ ਪੂਰੇ ਬਣੇ ਬੈਠਿਆਂਗੇ ਆਪਾਂ ਆਪ ਏ ਕਬੂਤਰ ਨੂੰ ਜਨਮ ਦਵਾ ਅੰਡੇ ਦੇ ਵਿੱਚੋਂ ਤੇ ਦੂਜੇ ਪਾਸੇ ਵਾਲੇ ਵੀ ਭਰਾ ਇੱਕ ਵਾਰ ਕਬੂਤਰ ਦਿਖਾ ਦਿੰਦਾ ਭਰਾਵਾਂ ਨੂੰ ਕਬੂਤਰ ਆਪਣਾ ਇੱਕ ਕੀਲਾ ਹੋਇਆ ਕਿਹੜਾ ਬਾਜੀ ਛੱਡੀ ਸੀ ਯਾਤਰੀ ਤੋਹਫਾ ਹੀ ਦਿੱਤਾ ਯਾਰ ਇਹ ਬਿੰਦਰ ਵਾਲਿਆਂ ਚੋਂ ਕਹਿੰਦਾ ਬਿੰਦਰ ਵਾਲਿਆਂ ਚੋਂ ਇਹਦੀ ਦੇਖਿਆ ਕੋਈ ਰਿਜ਼ਲਟ ਇਹਦਾ ਜਾਂ ਹਲੇ ਨਹੀਂ ਆਇਆ ਲਿਆਂਦਾ ਹੀ ਆ ਦਾ ਯਾਰ ਅੱਛਾ ਹਲੇ ਲੈ ਕੇ ਬਿੰਦਰ ਵਾਲਾ ਜੇ ਪਿਓਰ ਆ ਉਹ ਕਹਿੰਦਾ ਅੱਛਾ ਹੋਰ ਕਬੂਤਰ ਆਪਣਾ ਮੂੰਹ ਮਾਲਾ ਵਾ ਇਹ ਦੂਸਰਾ ਉੱਡਿਆ ਹੋਇਆ ਕਬੂਤਰ ਵੀ ਆ ਭਰਾਵੋ ਦੇਖ ਲਓ ਦੂਸਰਾ ਉੱਡਿਆ ਹੋਇਆ ਕਬੂਤਰ ਕਿਹੜਾ ਬਾਈ ਮੂੰਹ ਮਾਲਾ ਹਾਂ ਮੂੰਹ ਮਾਲਾ ਠੀਕ ਹੈ ਤਿੰਨ ਬਾਜੀ ਉੱਡੇ ਮੂੰਹਾਂ ਉੱਡਿਆ ਸੀਗਾ ਇੱਕ ਇਹ ਡੰਗ ਉੱਡਿਆ ਸੀ ਇੱਕ ਹੋਰ ਕਿਹੜਾ ਬਾਈ ਚੀਮੇ ਹਾਂ ਤੇ ਹੁਣ ਇਹਦੀ ਲਾਤ ਉੱਡਦੀ ਹੈ ਹੁਣ ਇਹਦੀ ਆਪਣੇ ਲਵੇ ਜਾਣ ਕੇ ਉੱਡਦੀ ਆਪਣੇ ਲਵੇ ਹੈ ਜਾਂ ਹੁਣ ਆਪਾਂ ਨੂੰ ਤੋਹਫਾ ਆਇਆ ਹੋਇਆ ਇਹਦਾ ਆਹ ਨਹੀਂ ਨਹੀਂ ਆਪਣਾ ਆਪਦਾ ਹੀ ਅੱਛਾ ਇਹ ਆਪਣਾ ਆਪਦਾ ਹੈ ਆਪਣਾ ਆਪਦਾ ਹੀ ਠੀਕ ਹੈ ਤੇ ਜੇ ਬਾਈ ਮੈਂ ਪੁੱਛਾਂ ਵੀ ਹੁਣ ਆਪਣੇ ਕੋਲ ਕੁੱਲ ਸਾਰੀਆਂ ਮਿਲਾ ਕੇ ਚਾਹੇ ਉਹ ਤੋਹਫਾ ਹੈ ਜਾਂ ਆਪਦੀਆਂ ਬੈਠੀਆਂ ਕਿੰਨੀਆਂ ਨਸਲਾਂ ਇਸ ਟਾਈਮ ਆਪਣੇ ਘਰ ਦੇ ਵਿੱਚ ਜਿਹੜੀਆਂ ਸ਼ਿੰਗਾਰ ਵਧਾਉਂਦੀਆਂ ਨੇ ਆਪਣੇ ਰੌਣਕ ਵਧਾਉਂਦੀਆਂ ਨੇ ਵੱਧ ਦੋ ਕੀ ਹੈ ਦੋ ਹੀ ਹੈ ਯਾਰ ਮੇਨ ਜਿਹੜੀਆਂ ਕਹਿੰਦੇ ਹੈਗੇ ਚੱਲ ਇੱਕ ਤਾਂ ਕਬੂਤਰਾਂ ਆ ਜਾਂਦਾ ਹੁਣ ਨਹੀਂ ਪਤਾ ਹੁੰਦਾ ਵੀ ਚਲੋ ਅਗਰ ਅਗਲੇ ਤੋਂ ਲਿਆ ਆਈਦਾ ਹੁਣ ਇੱਕ ਅੱਧਾ ਵਿੱਚ ਨਹੀਂ ਆਪਾਂ ਅਗਲਾ ਕਹੀ ਜਾਂਦਾ ਵੀ ਦੋ ਨਸਲੇ ਹੈ ਮੇਨ ਨੇ ਮੇਨ ਆਪਣੀਆਂ ਠੀਕ ਹੈ ਹਾਂ ਬਿੱਟੂ ਬਾਬੇ ਵਾਲੀਆਂ ਤੇ ਰਾਜਨ ਵਾਲੀਆਂ ਹਾਲੇ ਉਹਦਾ ਤਾਂ ਨਹੀਂ ਬਈ ਕੋਈ ਰਿਜ਼ਲਟ ਕਢਾਇਆ ਉਹਦਾ ਨਹੀਂ ਵੀਰੇ ਰਿਜ਼ਲਟ ਕਢਾਇਆ ਉਹਦਾ ਜੇ ਪੱਠਾ ਦਿੱਤਾ ਸੀ ਜਾਨੀ ਕਿ ਉਹਨੇ ਕਹਿ ਕੇ ਦਿੱਤਾ ਵੀ ਪਿਓਰ ਆ ਇਹ ਬਿੰਦਰ ਵਾਲੇ ਠੀਕ ਹੈ ਇਹਦਾ ਜੇ ਮੈਂ ਵੈਸੇ ਪੁੱਛਾਂ ਵੀ ਜਿਹੜਾ ਬਿੰਦਰ ਵਾਲਾ ਇਹ ਤੁਹਾਨੂੰ ਤਾਂ ਇਹਦਾ ਮੈਨੂੰ ਤਾਂ ਦੇਖੋ ਪਤਾ ਨਹੀਂ ਇਹ ਚੀਜ਼ ਵੀ ਇਹਦਾ ਤੁਹਾਨੂੰ ਰਿਕਾਰਡ ਵਗੈਰਾ ਪਤਾ ਵੀ ਹੈਗੇ ਆ ਭੈੜੇ ਬਹੁਤ ਚੰਗੇ ਆ ਧੰਨੇ ਵਾਲੇ ਕਬੂਤਰ ਆ ਜਾਂਦੇ ਆ ਠੀਕ ਹੈ ਹਾਂ ਬਹੁਤ ਚੰਗੇ ਆ ਠੀਕ ਹੈ ਮਤਲਬ ਜੇ ਕਬੂਤਰਾਂ ਦੀ ਬਈ ਮੈਂ ਗੱਲ ਕਰਾਂ ਵੀ ਨਸਲ ਦੇ ਵਿੱਚ ਜਿਵੇਂ ਹੁਣ ਚਲੋ ਆਪਣਾ ਤਾਂ ਆਪਦਾ ਤਜਰਬਾ ਹੋ ਗਿਆ ਰੱਖਣ ਦਾ ਵੀ ਸਾਂਭ ਆ ਗਈ ਖੇਡ ਵੀ ਆਪਦੀ ਆ ਤੇ ਜਿਹੜੇ ਨਵੇਂ ਮੁੰਡੇ ਨੇ ਕਿਸੇ ਨੇ ਰੱਖਣੇ ਹੋਣ ਹਾਂ ਹਾਂ ਵੀਰੇ ਤਾਂ ਉਹਦੇ ਲਈ ਬਈ ਕਿਹੜਾ ਕਬੂਤਰ ਕਹਿ ਸਕਦੇ ਆ ਵੀ ਯਾਰ ਸਭ ਤੋਂ ਵਧੀਆ ਹੋ ਸਕਦਾ ਵੀ ਉਹਨੂੰ ਉਹ ਨਸਲ ਰੱਖਣੀ ਚਾਹੀਦੀ ਆ ਬਈ ਜੇ ਆਪਾਂ ਤੁਹਾਡਾ ਆਪਣਾ ਰਾਏ ਬਲਵਾਉਂਦੇ ਹਾਂ ਨਸਲ ਤਾਂ ਵੀਰੇ ਹੁਣ ਯਾਰ ਕਿਸੇ ਹਨਾ ਕਿਵੇਂ ਦੇਣ ਤੇ ਹੁੰਦੀ ਆ ਹੁਣ ਯਾਰ ਹਰੇਕ ਨੂੰ ਕਿਹਾ ਨਹੀਂ ਜਾਂਦਾ ਵੀ ਕਿਹੜੀ ਨਸਲ ਰੱਖਣੀ ਚਾਹੀਦੀ ਆਪਾਂ ਕਹਿੰਦੇ ਅਗਲੇ ਦੀ ਪਸੰਦ ਹੁੰਦੀ ਆ ਯਾਰ ਠੀਕ ਹੈ ਕਿ ਰਾਜਾ ਨੇ ਨਸਲ ਤਾਂ ਯਾਰ ਨੰਬਰ 1 ਆ ਇਹ ਕਲਾਸ ਨਸਲ ਆ ਮੈਂ ਕਈ ਭਰਾਵਾਂ ਜਿਆਦਾ ਤਾਂ ਮੈਂ ਵੀ ਨਹੀਂ ਕਰੀਆਂ ਇੰਟਰਵਿਊ ਕਬੂਤਰੇ ਪਰ ਮੈਂ ਜਿੰਨੀਆਂ ਕੀਤੀਆਂ ਤਕਰੀਬਨ ਸਾਰਿਆਂ ਲਵੇ ਇੱਕ ਜੋੜੇ ਰਾਜਾ ਨਾਲ ਦੇ ਹੁੰਦੀ ਹੁੰਦੀ ਆ ਹੁੰਦੇ ਮਤਲਬ ਮੈਂ ਪੁੱਛਿਆ ਭਰਾਵਾਂ ਤੋਂ ਕਹਿੰਦੇ ਭੈੜੇ ਹੈਗੇ ਆ ਉਹ ਆਪਾਂ ਤਾਂ ਆਗੇ ਨੇ ਕਿਉਂਕਿ ਆਪਾਂ ਕਬੂਤਰ ਆਪਣੇ ਕੋਲ ਜਮਾ ਸ਼ੋਰ ਸੀ ਠੀਕ ਹੈ ਬਾਈ ਹਾਂ ਗਾਂ ਆਪਾਂ ਉਹਦੀ ਲਾਤ ਵਧਾਈ ਹੋਈ ਹੈ ਠੀਕ ਹੈ ਹਾਂ ਜਮਾ ਸ਼ੋਰ ਪਤਾ ਕਈ ਖਿਡਾਰੀਆਂ ਨੇ ਪਤਾ ਵੀ ਆਪਣੇ ਕੋਲ ਹੈਗਾ ਸੀ ਉਹ ਕਬੂਤਰ ਗਾਂ ਉਹਦੀ ਲਾਤ ਮਰਾਦ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਆਹ ਕਬੂਤਰ ਆਪਣਾ ਉੱਡਿਆ ਸੀਗਾ ਯਾਤਰੀ ਕੱਲਾ ਰਿਹਾ ਸੀ ਯਾਤਰੀ ਇਹ ਪਿੰਡ ਹਾਂ ਕੱਲਾ ਰਿਹਾ ਸੀ ਇਹ ਕਿੰਨੇ ਵਿੱਥ ਪਾ ਦਿੱਤੇ 52 ਕਬੂਤਰ ਉੱਡੇ ਸੀ ਉਹਦੇ ਦੂਜੇ ਦਿਨ 2 ਵਜੇ ਬਾਜੀ 2:17 ਦੇ ਬਾਜੀ 7:11 ਦੇ ਬੈਠਾ ਸੀ
ਨੋਟ ਕਰ ਲੋ ਵੀਰ ਨੇ ਮਤਲਬ ਤੀਸਰ ਚ ਕਬੂਤਰ ਛੱਡਿਆ ਸੀ ਬੰਦੇ ਕਹਿੰਦੇ ਤਾਂ ਨਹੀਂ ਹੈਗੇ ਆਪਾਂ ਪਰ ਚਲੋ ਹੁਣ ਇੰਟਰਵਿਊ ਕਰ ਰਹੇ ਹਾਂ ਤਾਂ ਕਹਿਣ ਦਾ ਫਰਜ਼ ਵੀ ਹੈ ਮੇਰਾ ਵੀ ਬਹੁਤ ਭਰਾ ਇੱਕ ਦਿਨ ਦੀ ਬਾਜੀ ਛੱਡ ਕੇ ਕਹਿਰ ਦੀਆਂ ਛੱਡ ਕੇ ਕਹਿੰਦੇ ਯਾਰ ਵੀ ਅਸੀਂ ਮਤਲਬ ਛੋਟੀ ਉਮਰ ਦੇ ਵੀ ਕਹਿੰਦੇ ਦੂਜੇ ਨੂੰ ਮਤਲਬ ਚਲੋ ਸਾਡੇ ਨਾਲ ਲੱਗ ਜਾਂਦੇ ਨੇ ਸਾਡੇ ਆਗੂ ਨਾ ਕਬੂਤਰ ਬਾਜੀ ਕਰਨੀ ਦਾ ਬੱਠਲ ਜਿੱਡਾ ਜਿਹੜਾ ਚਾਹੀਦਾ ਸਾਡੇ ਆਗੂ ਬਾਜੀਆਂ ਨਹੀਂ ਛੱਡ ਸਕਦਾ ਅਗਲਾ 10 ਬਾਜੀਆਂ ਛੱਡ ਕੇ ਕਹਿ ਦਿੰਦਾ ਇਹ ਨਹੀਂ ਮੇਨ ਇਹ ਨਹੀਂ ਹੁੰਦਾ ਵੀ ਪੈਸਾ ਮੈਟਰ ਕਰਦਾ ਜਿਹੜਾ ਚਾਹੀਦਾ ਇੰਨੀਆਂ ਬਾਜੀਆਂ ਛੱਡਾਂ ਨੂੰ ਠੀਕ ਹੈ ਹਾਂ 100 ਬਾਜੀ ਛੱਡ ਸਕਦੀ ਹੈ ਹਰੇਕ ਸਾਲ ਇੱਕ ਸੀਜ਼ਨ ਦੀ ਜਾਂ ਸਾਲ ਪੂਰੇ ਇੱਕ ਸੀਜ਼ਨ ਦੀ ਹਾਂ ਹਰੇਕ ਸੀਜ਼ਨ ਜਿਗਰਾ ਚਾਹੀਦਾ ਬੱਠਲ ਜਿੱਡਾ ਆ ਐਂਟਰੀਆਂ ਦਾ ਵੀ ਖਰਚਾ ਆ ਜਾਂਦਾ ਸਾਹਮਣੇ ਵਾਲਾ ਆ ਜਾਂਦਾ ਬਾਕੀ ਆ ਪੈਸਾ ਤਾਂ ਚਲੋ ਬਾਹਰ ਨਾ ਪੈਸਾ ਤਾਂ ਆਪਦੀ ਜਗ੍ਹਾ ਹੁੰਦਾ ਬਥੇਰਾ ਪਰ ਜਿਗਰਾ ਚਾਹੀਦਾ ਇੰਨੀਆਂ ਵਜੇ ਛੱਡਣ ਅਗਲਾ 10 ਵਜੇ ਛੱਡ ਕਹਿੰਦਾ ਯਾਰ ਬਹੁਤ ਸਾਰਤੀਆਂ ਹਾਰ ਗਏ ਹਰਦੇ ਵੀ ਆ ਜਿੱਤਦੇ ਵੀ ਆ ਉਹ ਤਾਂ ਜਿੱਤ ਹਾਰ ਤਾਂ ਕਹਿ ਸਕਦੇ ਆ ਬਣੀ ਆਈ ਲੈ ਕੇ ਕਿਹੋ ਯਾਰ ਹੁਣ ਮੈਂ ਐਵੇਂ ਦਿਖਾਈ ਜਾਵਾਂ ਚੱਕ ਚੱਕ ਹਾਂ ਨਹੀਂ ਫੇ ਇੱਕ ਗੱਲ ਇਹ ਵੀ ਆ ਬਾਈ ਵੀ ਚਲਾ ਲਿਆ ਆਪਾਂ ਹੋਣਗੇ ਤਾਂ ਨਹੀਂ ਮਤਲਬ ਹੋਣਗੇ ਤਾਂ ਬਾਈ ਇਹ ਉਹਨਾਂ ਦੀ ਭੈਣ ਭਾਈ ਗਰਮੀ ਚ ਵੀ ਉੱਡ ਗਿਆ ਠੀਕ ਹੈ ਕਬੂਤਰ ਆਪਣਾ ਝੋਲ ਨਾ ਉੱਡਿਆ ਸੀਗਾ ਦੁੱਸਰ ਚ ਹੈ ਗਰਮੀਆਂ ਲੈ ਭਰਾਵੋ ਦੇਖ ਲੋ ਕਰ ਲੋ ਨੋਟ ਚਿੱਟੀਆਂ ਦਾ ਅੱਖਾਂ ਚਿੱਟੀਆਂ ਦਾ ਜੇ ਜੇ ਬਾਈ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਵੀ ਕਿਹੜਾ ਕਬੂਤਰ ਯਾਰ ਚਿੱਟੀਆਂ ਦਾ ਕਾਲੀਆਂ ਦਾ ਵੱਧ ਵਧੀਆ ਰਹਿੰਦਾ ਯਾਰ ਵੀ ਬਾਜੀਆਂ ਚ ਵੀ ਉਦਾਂ ਨਹੀਂ ਅੱਖਾਂ ਦਾ ਤਾਂ ਕੋਈ ਫਰਕ ਨਹੀਂ ਹੁੰਦਾ ਨਸਲ ਹੋਵੇਗਾ ਬੰਨਾ ਨਸਲ ਦਾ ਖੂਨ ਹੋਵੇ ਬਾਕੀ ਲਾਈਨ ਤਾਂ ਮੈਨੂੰ ਸੇਮ ਹੀ ਆਗੀ ਇਹਨਾਂ ਦੀ ਬਲੱਡ ਪਤਾ ਹੋ ਯਾਰ ਹੁਣ ਜਿਵੇਂ ਆ ਮੰਨ ਲਓ ਰਾਜੇ ਨਾਲੇ ਕਾਲੀਆਂ ਦੀ ਵੀ ਆਪਣੇ ਕੋਲ ਕਾਲੀਆਂ ਦੀ ਵੀ ਇੱਕ ਮਦੀਨ ਆ ਰਾਜੇ ਨਾਲ ਜੋ ਲੱਗਦਾ ਹੁਣ ਕਹਿਣਗੇ ਕਾਲੀਆਂ ਦੇ ਕਿੱਥੇ ਆ ਭਰਾਵੋ ਤੁਹਾਨੂੰ ਬਾਈ ਦੇ ਵੱਡੇ ਜੋੜੇ ਮੈਂ ਹੋਰ ਵੀ ਦਿਖਾਉਂਦਾ ਪਰ ਕਹਿ ਸਕਦੇ ਆ ਬੰਦੇ ਨੂੰ ਕਈ ਵਾਰ ਲਿਹਾਜ ਵੱਧ ਰੱਖਣੀ ਪੈ ਜਾਂਦੀ ਆ ਉਸ ਚੀਜ਼ ਦੇ ਕਰਕੇ ਬਾਈ ਦੇ ਚੇਲਿਆਂ ਕੋਲ ਸ਼ਾਗਿਰਦਾਂ ਕੋਲ ਵੀ ਤੇ ਹੋਰ ਯਾਰ ਮਿੱਤਰਾਂ ਨਾਲ ਵੀ ਜੋੜੇ ਗਏ ਯਾਨੀ ਕਿ ਦੇ ਦੇ ਇੱਕ ਚਿੱਟੀ ਕਾਲੀ ਦਾ ਦੇਖ ਇੱਧਰ ਵੀ ਟਾਂਗ ਇੱਧਰ ਵੀ ਭਰਾਵੋ ਦੇਖੀ ਚੱਲੋ ਜੇ ਕੋਈ ਤੁਹਾਨੂੰ ਸਵਾਲ ਲੱਗਿਆ ਕੋਈ ਪੁੱਛਣਾ ਹੋਵੇ ਮੈਂ ਨੰਬਰ ਬਾਈ ਦਾ ਡਿਸਕ੍ਰਿਪਸ਼ਨ ਦੇ ਵਿੱਚ ਪਾਊਂਗਾ ਤੁਸੀਂ ਕਮੈਂਟ ਕਰਕੇ ਚਾਹੇ ਬਾਈ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਜੇ ਕੋਈ ਵੀ ਗੱਲਬਾਤ ਉਹਨੇ ਪੁੱਛਣੀ ਹੋਈ ਤੇ ਇੱਕ ਬਾਈ ਜੇ ਹੁਣ ਜਿਵੇਂ ਤੁਸੀਂ ਕਿਹਾ ਬਹੁਤ ਨੂੰ ਜੋੜੇ ਦਿੱਤੇ ਆ ਤੇ ਕਦੇ ਮਨ ਦੇ ਵਿੱਚ ਐਂ ਹੋਇਆ ਯਾਰ ਵੀ ਕੋਈ ਬੰਦੇ ਨਾਲ ਠੀਕ ਠਾਕ ਜੀ ਕਈ ਵਾਰ ਹੈਲੋ ਹਾਏ ਵਾਲੀ ਲਿਹਾਜ਼ ਹੁੰਦੀ ਆ ਤੇ ਬੰਦਾ ਕਹਿੰਦੇ ਮੈਨੂੰ ਜੋੜਾ ਚਾਹੀਦਾ ਗਾ ਤੇ ਯਾਰ ਫਿਰ ਉਸ ਟਾਈਮ ਉੱਤੇ ਪਿਓਰ ਵਾਲੀ ਦਿੱਤਾ ਜਾਂ ਬਸ ਵੀ ਚੱਲ ਭਾਈ ਆਹ ਲੈ ਯਾਰ ਪਿਓਰ ਨਹੀਂ ਆਪਾਂ ਮੈਂ ਝੂਠ ਮਾਰਦਾ ਯਾਰ ਹਾਂ ਨਾ ਵੀ ਇੰਟਰਵਿਊ ਹੁੰਦੀ ਆ ਪਿਓਰ ਨਹੀਂ ਆਪਾਂ ਗਾਂ ਆਪਾਂ ਦੇਈਦਾ ਠੀਕ ਹੈ ਗਾਹਾਂ ਬਾਜ ਯਾਨੀ ਕਿ ਗਾਹਾਂ ਜਿਹੜੀ ਉਹਨਾਂ ਦੀ ਔਲਾਦ ਆ ਉਹਨਾਂ ਚੋਂ ਯਾਨੀ ਕਿ ਆਪਾਂ ਕਬੂਤਰ ਦੇ ਦੇ 50% ਦੇ ਦੇ ਬਾਜੀਆਂ ਜਿੱਤੇ ਤਾਂ ਦੇਤੇ ਬੰਦੇ ਯਾਨੀ ਕਿ ਵਿੱਚ ਨਾਲ ਹੁਣ ਬਹੁਤ ਭੱਜਦੇ ਨੱਠਦੇ ਆ ਯਾਰ ਹਨਾ ਬੰਦਾ ਕਹਿੰਦਾ ਬਾਈ ਮੈਂ ਬੱਚੇ ਕਢਾਉਣ ਲੈ ਕੇ ਜਾਣਾ ਫਿਰ ਦੇਣਾ ਵੀ ਪੈਂਦਾ ਠੀਕ ਹੈ ਉਹੋ ਜਿਹਾ ਸਮਾਂ ਆ ਜਾਂਦਾ ਯਾਰ ਹਨਾ ਤੇ ਇੱਕ ਬਾਈ ਮੈਂ ਤੁਹਾਨੂੰ ਮਤਲਬ ਪੁੱਛਣਾ ਚਾਹੁੰਦਾ ਆ ਵੀ ਜਿਹੜਾ ਇੱਕ ਬੱਚਾ ਮਤਲਬ ਆਂਡੇ ਚੋਂ ਨਿਕਲਿਆ ਉਹ ਕਿੰਨੇ ਕੁ ਦਿਨ ਦੇ ਵਿੱਚ ਪੂਰੀ ਅਡਾਈ ਦੇ ਲਈ ਤਿਆਰ ਜਿਹੜਾ ਆ ਹੋ ਜਾਂਦਾ ਮਹੀਨਾ ਦਾ ਯਾਰ ਸਵਾ ਮਹੀਨਾ ਕਦਾ ਲੱਗ ਹੀ ਜਾਂਦਾ ਮਹੀਨੇ ਦੇ ਉੱਤੇ ਮਹੀਨੇ ਦੇ ਉੱਤੇ ਕਿੰਨੇ ਦਿਨ ਦਾ ਬਾਈ ਆਪਾਂ ਜਾਨੀ ਕਿ ਹੁਣ ਤਾਂ ਜਾਨੀ ਕਿ ਮੂਹਰੇ ਬੱਚਿਆਂ ਦੀਆਂ ਆਵਾਜ਼ਾਂ ਚੱਲ ਪੈਣੀਆਂ ਸਾਰੀਆਂ ਮੇਲਾ ਚੱਲੇ ਰਹੀਆਂ ਹੁਣ ਵੀ ਚੱਲੇ ਜਾਂਦੀਆਂ ਆਹ ਕੱਢੇ ਹੋਏ ਮਾਲੂ ਇਹਨਾਂ ਨੇ ਹਜੇ ਲੈਣੇ ਆ ਮਹੀਨਾ ਕਦਾ ਲੈ ਹੀ ਜਾਣਗੇ ਠੀਕ ਹੈ 20 ਦਿਨਾਂ ਦਾ ਮਾਲੂ ਬੱਚਾ ਕੱਢਦਾ ਵਾ ਠੀਕ ਹੈ ਤੇ ਬਾਈ ਹੁਣ ਇਹਨਾਂ ਦੇ ਵਿੱਚੋਂ ਜੇ ਮੂਹਰੇ ਕੋਈ ਬਾਜੀ ਆ ਰਹੀ ਹੈ ਜਿਹੜੀ ਆਪਾਂ ਨੇ ਛੱਡਣੀ ਆ ਕਿਸੇ ਦਿਨਾਂ ਦੇ ਵਿੱਚ ਛੱਡੀ ਜਾਂਦੇ ਆ ਕੋਈ ਬਾਜੀ ਮੂਹਰੇ ਆ ਰਹੀ ਹੋਵੇ ਕਿਸੇ ਦਿਨਾਂ ਦੇ ਵਿੱਚ ਅਸੀਂ ਆ 16 ਤਰੀਕ ਨੂੰ ਛੱਡਾਂਗੇ ਜਲਾਲ ਇੱਕ ਵਾਰ ਭਰਾ ਮੈਂ ਤੁਹਾਨੂੰ ਦਿਖਾ ਦਾ ਉਹ ਵੀ ਵੀਰ ਬਣੇ
ਹੁੰਦਾ ਤਾਂ ਥੋੜਾ ਜਿਹਾ ਔਖਾ ਹੈ ਇਹ ਦਿਖਾਉਣਾ ਕਬੂਤਰ ਵੀ ਜਿਹੜਾ ਅੱਗੇ ਛੱਡਣਾ ਹੋਵੇ, ਪਰ ਚਲੋ ਫਿਰ ਵੀ ਵੀਰ ਕਹਿੰਦਾ ਮੈਂ ਦਿਖਾ ਦਿੰਦਾ ਇੱਕ ਵਾਰ, ਤੁਸੀਂ ਨਜ਼ਰ ਮਾਰ ਲਓ। ਹਾਂ ਬੱਚੇ ਛੱਡਾਂਗੇ, ਮੈਂ ਕਹਿਣਾ ਵੀ ਰੂਹ ਖੁਸ਼ ਹੋ ਜੂ ਤੁਹਾਡੀ ਕਬੂਤਰ ਦੇਖ ਕੇ। ਹਾਂ ਬੱਚੇ ਛੱਡਾਂਗੇ ਤੁਹਾਨੂੰ, ਆਹ ਕਾਲੀਆਂ ਦੇ ਆਹ ਚਿੱਟੀਆਂ ਦੇ, ਆਹ ਦੋ ਭਰਾ ਬੱਚੇ ਛੱਡੂਗਾ ਜਿਹੜੀਆਂ ਮੂਹਰੇ ਬਾਜੀਆਂ ਆਉਣੀਆਂ ਨੇ, ਇੱਕ ਕਾਲੀਆਂ ਦਾ ਤੇ ਇੱਕ ਚਿੱਟੀਆਂ ਦਾ। ਇਹ ਵੀ ਬਈ ਰਾਜ ਨਾਲੇ ਨਹੀਂ ਨਹੀਂ ਫੌਜੀ ਵਾਲੀ ਨਹੀਂ, ਫੌਜੀ ਵਾਲੇ। ਹਾਂ ਬਿਲਕੁਲ ਬਿਲਕੁਲ। ਤੇ ਬਈ ਇੱਕ ਇਹਨਾਂ ਦੇ ਵਿੱਚ ਯਾਰ ਤੁਹਾਨੂੰ ਤਾਂ ਚਲੋ ਵਿੱਚ ਰਹੇ ਨੇ ਤੁਹਾਨੂੰ ਤਾਂ ਪਤਾ ਆ, ਜੇ ਮੈਂ ਨਵਾਂ ਬੰਦਾ ਕੋਈ ਹੋਵੇ ਉਹਨਾਂ ਨੇ ਪਛਾਣ ਕਰਨੀ ਹੋਵੇ ਨਾ, ਫਿਰ ਪਛਾਣ ਕਿਵੇਂ ਹੁੰਦੀ ਇਹਨਾਂ ਦੀ? ਪਛਾਣ ਵੀਰੇ ਹੌਲੀ ਹੌਲੀ ਬੰਦੇ ਨੂੰ ਤਜਰਬਾ ਆਉਂਦਾ ਕੋਈ ਵੀ ਚੀਜ਼ ਦਾ। ਏਦਾਂ ਮਤਲਬ ਇੱਕ ਵਾਰ ਦੇ ਵਿੱਚ ਦੇਖਣ ਨਾਲ ਕੋਈ ਚੀਜ਼ ਐ ਨਹੀਂ ਆਪਾਂ ਜੱਜ ਕਰ ਸਕਦੇ ਵੀ ਆਹ ਉਹ ਨਸਲ ਆ, ਇਹ ਚੀਜ਼ ਤਾਂ ਨਹੀਂ ਆਪਾਂ ਦੇਖ ਸਕਦੇ, ਇਹ ਵੀ ਬੰਦਾ ਜੱਜ ਕਰ ਨਹੀਂ ਸਕਦਾ। ਠੀਕ ਹੈ, ਤਜਰਬਾ ਆਉਂਦਾ ਹੌਲੀ ਹੌਲੀ ਬੰਦੇ ਨੂੰ। ਆਪਾਂ ਫਿਰ ਵੀ ਦੇਖੀਏ ਵੀ ਇੰਨੀ ਇੱਕੀ ਦਾ ਜੇ ਆਪਾਂ ਕਹਿੰਦੇ ਫਰਕ ਵੀ ਆਹ ਚੀਜ਼ਾਂ ਤੋਂ ਆਪਾਂ ਜੱਜ ਕਰ ਸਕਦੇ। ਨਹੀਂ ਅਗਲਾ ਕਹਿੰਦਾ ਅੱਖਾਂ ਕਾਲੀਆਂ, ਕਿਸੇ ਦੀ ਅੱਖ ਕਾਲੀ ਜਮ੍ਹਾਂ ਹੁੰਦੀ ਆ, ਉੱਤੋਂ ਇਹ ਲਾਲ ਭਿੱਫਣ ਹੁੰਦੇ ਆ ਗੁਲਾਬੀ, ਹੈ ਨਾ, ਕਿਸੇ ਦੀ ਚੌਂਝ ਹੋ ਗਈ, ਕਿਸੇ ਦੇ ਪੈਰ ਕਾਲੇ ਹੋ ਗਏ, ਬਹੁਤ ਬਾਹਲਾ ਕੁਛ ਦੇਖਣਾ ਪੈਂਦਾ ਯਾਰ। ਠੀਕ ਹੈ, ਤੇ ਇੱਕ ਬਈ ਇੱਕ ਇਹ ਦੱਸ ਵੀ ਜਿਹੜੇ ਜਿਵੇਂ ਹੁਣ ਫੌਜੀ ਵਾਲੇ ਹੋ ਗਏ ਜਾਂ ਆਪਣੇ ਰਾਜ ਨਾਲੇ ਹੋ ਗਏ, ਚੱਲ ਪਹਿਲਾਂ ਰਾਜ ਨਾਲ ਦੀ ਗੱਲ ਕਰਦਾ ਵੀ ਜਿਹੜੇ ਰਾਜ ਨਾਲੇ ਨੇ ਇਹ ਕਿਹੜੀ ਗੱਲ ਤੋਂ ਮਸ਼ਹੂਰ ਨੇ? ਇਹ ਯਾਰ ਪੁਰਾਣੀ ਕੋਈ ਇਹਨੇ ਕਬੂਤਰੀ ਕਬਾਤਰੀ ਹੁੰਦੀ ਸੀ ਰਾਜਨ ਦੀ, ਸੁਣੀ ਆਪਾਂ ਵੀ ਹਨਾ, ਆਪਾਂ ਕਿਤੋਂ ਦਾ ਮਤਲਬ ਚੱਲਦੀ ਆ ਰਹੀ ਹੋਊਗੀ, ਕੱਲ ਦੇ ਨਿਆਣੇ ਆ। ਹਾਂਜੀ ਹਾਂ, ਇਹਨੇ ਕਬੂਤਰੀ ਹੁੰਦੀ ਸੀ, ਬਾਜੀਆਂ ਬਾਲੀ ਹੁੰਦੀ ਸੀ ਕਬੂਤਰੀ ਖਣੀ। ਠੀਕ ਹੈ, ਹਾਂ ਕਬੂਤਰ ਯਾਨੀ ਕਿ ਬਲੱਡ ਪਾਲਾ ਤਗੜਾ ਸੀ ਉਹ, ਉਸ ਉਦੋਂ ਤੋਂ ਹੀ ਬਾਜੀਆਂ ਕੁਝ ਜਿੱਤੀ ਸੀ, ਕਬੂਤਰੀ ਜਿੱਤੀ ਖਣੀ ਕਬੂਤਰ, ਸੁਣਿਆ ਹੀ ਆਪਾਂ ਵੀ ਯਾਰ ਹਨਾ। ਠੀਕ ਹੈ, ਤੇ ਆਪਾਂ ਦੇਖੇ ਨੇ ਨੀ ਉਹ ਦੱਸਦੇ ਜਿਹੜੇ ਬੰਦੇ ਜਿਨ੍ਹਾਂ ਨੇ ਦੇਖਿਆ ਉਹਨੂੰ ਤੇ ਗਾਂ ਆਪਾਂ ਨੂੰ ਪਤਾ ਲੱਗਿਆ। ਠੀਕ ਹੈ ਜੀ, ਹਾਂ ਖਾਸ ਬੰਦੇ ਨੇ ਜਿਨ੍ਹਾਂ ਨੇ ਲਈਆਂ ਨੇ ਕਬੂਤਰੀ ਮੁੱਲ ਲਏ ਜਾਂ ਕਿਵੇਂ ਕਰ ਲਓ। ਠੀਕ ਹੈ, ਉੱਥੇ ਆਪਾਂ ਨੂੰ ਪਤਾ ਲੱਗਿਆ। ਜੋਰ ਬਾਲਾ ਜੋਰ ਜੇ ਮੰਨ ਲਾ ਕਬੂਤਰ ਨੂੰ, ਹੋਰ ਸਾਰੋ ਵੀ ਮੈਂ ਪਹਿਲੇ ਵੀ ਦੱਸਿਆ ਵੀ 12 ਵਜੇ ਬਹਿਣ ਲੱਗੇ ਤਾਂ ਆਥਣ ਤੱਕ ਬਾਜੀ ਤੱਕ ਵਿੱਚ ਜਾਣਗੇ, ਅੜੇ ਰਹਿੰਦੇ ਨੇ ਵੀ ਬੈਠਦੇ ਨੀ, ਚਾਹੇ ਆਥਣੇ ਮਰਨਾ ਮਨਜ਼ੂਰ ਕਹਿੰਦਾ ਪਰ ਥੱਲੇ ਨੀ ਉਤਰ। ਬਾਲਾ ਜੋਰ ਇੱਕ ਜਾਂਦੇ ਨੀ ਵੀਰੇ, ਇੱਕ ਛੱਡਦੇ ਛੋਟੇ ਛੋਟੇ ਪਿੰਡਾਂ ਤੋਂ ਪਿੰਡ ਨੀ ਛੱਡਦੇ। ਠੀਕ ਹੈ, ਹਾਂ ਵੀਰੇ, ਤੇ ਇਹ ਇੱਕ ਜਿਹੜੇ ਬਿੱਟੂ ਬਾਬੇ ਵਾਲੇ ਹੋ ਗਏ ਜਾਂ ਇਹ ਹੋ ਗਏ, ਇਹ ਬਿੱਟੂ ਵਾਲੇ ਇਕੱਲੇ ਉੱਡ ਕੇ ਖੁਸ਼ ਆ ਜਾਂ ਝੁੰਡ ਚ ਉੱਡ ਕੇ ਰਾਜੀ ਆ? ਕਹੇ ਇਕੱਲੇ ਉੱਡ ਜਾਂਦੇ ਹੋ ਗਏ। ਠੀਕ ਹੈ, ਮੇਨ ਯਾਰ ਪਸੰਦ ਹੈ ਵੀ ਜੋਰ ਬੜਾ ਹੁੰਦੇ, ਜਾਨਵਰ ਜੋਰ ਲਾਵੇ ਉਹ ਕੀ ਮਤਲਬ, ਉੱਤੋਂ ਆ ਕੇ ਚਾਹੇ ਔਖਾ ਚਾਹੇ ਸੌਖਾ ਡੱਕਦੇ ਨੇ, ਬਹਿ ਗਿਆ ਜੋਰ ਲਾਵੇ ਦੱਸੇ ਵੀ ਹਾਂ ਮੈਂ ਨਸਲ ਆ ਬਲੱਡ ਅੰਦਰ, ਤੇ ਉਹੋ ਜਿਹੇ ਕਬੂਤਰਾਂ ਨੂੰ ਤਿਆਰ ਕਰਨ ਚ ਵੀ ਸਵਾਦ ਆਉਂਦਾ ਯਾਰ, ਵੀ ਹਾਂ ਇਹਨਾਂ ਦੀ ਖੁਰਾਕ ਵੀ ਕਰ, ਸਾਂਭ ਵੀ ਕਰ। ਟਰੈਕਟਰ ਤੇ ਉਹੀ ਉੱਡਿਆ ਸੀਗਾ ਕਾਲੀਆਂ ਦਾ। ਠੀਕ ਹੈ, ਟਰੈਕਟਰ ਬਈ ਕਿਹੜੇ ਪਿੰਡੋਂ ਜਿੱਤੇ ਦੀ ਮਤਲਬ? ਆਪਣੇ ਅਠੌਲੀਆਂ, ਅਠੌਲੀਆਂ। ਠੀਕ ਹੈ, ਤੇ ਭਰਾਵੋ ਤੁਸੀਂ ਦੇਖ ਲਿਆ ਹੋਣਾ, ਮੈਂ ਕਹਿੰਦਾ ਯਾਰ ਵੀ ਬਾਈ ਲਵੇ ਉਹ ਲਾਈਨ ਹੈ ਵੀ ਮੁੰਡੇ ਸੋਚਦੇ ਆ ਵੀ ਜੇ ਕਿਤੇ ਆਹ ਸਾਡੇ ਹੱਥ ਲੱਗ ਗਈ ਅਸੀਂ ਕਬਜ਼ਾ ਕਰ ਲੈਣਾ ਕਬੂਤਰ ਬਾਜਾਂ ਦੀ ਦੁਨੀਆ ਦੇ ਵਿੱਚ, ਜਿਵੇਂ ਬਾਈ ਨੇ ਇਸ ਟਾਈਮ ਕਰ ਰੱਖਿਆ। ਸੋ ਭਰਾਵੋ ਤੁਹਾਨੂੰ ਮੈਂ ਸਾਰੀ ਗੱਲਬਾਤ ਦਿਖਾਤੀ, ਬਾਈ ਦੇ ਘਰੇ ਫੇਰ ਆਵਾਂਗੇ ਯਾਰ ਗੱਲਬਾਤ ਵੀਰ ਨਾਲ ਕਿਸੇ ਦਿਨ ਫੇਰ ਕਰਾਂਗੇ ਸਾਰੀ, ਜਿਹੜੀ ਜਾਣੀ ਕਿ ਕਬੂਤਰ ਵੱਡੇ ਰਹਿ ਗਏ ਜਿਹਨਾਂ ਨੂੰ ਦਿਖਾਉਣ ਕਣੀ, ਕਿਉਂਕਿ ਇਸ ਟਾਈਮ ਗਏ ਹੋਏ ਤੇ ਯਾਰ ਇੰਨੀ ਬਾਈ ਦਾ ਮੈਂ ਧੰਨਵਾਦ ਕਰਦਾ ਵੀ ਬਾਈ ਨੇ ਮਨਾ ਨਹੀਂ ਕਰਿਆ ਯਾਰ, ਇੱਕ ਬੋਲ ਤੇ ਕਹਿਤਾ ਵੀ ਬਾਈ ਆ ਜਾ ਕੋਈ ਚੱਕਰ ਨਹੀਂ ਵੀਡੀਓ ਬਣਾ ਲੈਂਦੇ ਹਾਂਗੇ। ਇਹ ਭਰਾ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਠੀਕ ਹੈ, ਤੇ ਇੱਕ ਬਸ ਇਹੀ ਬੇਨਤੀ ਹੈ ਵੀ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ, ਸਪੋਰਟ ਕਰੋ ਭਰਾ ਦੀ ਆਪਣੇ ਦੀ, ਅਤੇ ਜੇ ਕੋਈ ਵਾਰ ਕਿਤੇ ਕਮੀ ਪੇਸ਼ੀ ਲੱਗੇ ਤੁਹਾਨੂੰ ਵੀ ਯਾਰ ਆਹ ਚੀਜ਼ ਦਿਖਾਉਣੀ ਸਾਤੋਂ ਰਹਿ ਗਈ ਹੋਵੇ ਜਾਂ ਕੋਈ ਗੱਲਬਾਤ ਤੁਹਾਡੇ ਮਨ 'ਚ ਬਾਈ ਨੂੰ ਪੁੱਛਣੀ ਹੋਵੇ ਤੁਸੀਂ ਕਮੈਂਟ ਕਰ ਦਿਓ, ਜਾਂ ਫਿਰ ਬਾਈ ਨੂੰ ਤੁਸੀਂ ਫੋਨ ਕਰਕੇ ਪੁੱਛ ਲਿਓ, ਮੈਂ ਕੀਪੇ ਭਰਾ ਦਾ ਜਿਹੜਾ ਨੰਬਰ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾਊਂਗਾ, ਤੁਸੀਂ ਗੱਲਬਾਤ ਕਰ ਸਕਦੇ ਹੋ। ਬਾਕੀ ਧੰਨਵਾਦ ਭਰਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ, ਦੁਬਾਰਾ ਫੇਰ ਕਹਿੰਦੇ ਹਾਂ।